नाम रजनीत कौर है ते मैं गुरदासपुर संत नगर की रहने वाली हाँ। तो मैं लैंग्वेज इंट्रस्ट इसलिए पिया सी जो कोविड का टाइम आया से उदो लॉकडाउन लग गया सी ते साडे सारयां कोल बहुत फ्री टाइम सी ते अपने फ्री टाइम नू कंज्यूम करन वास्ते मैं लैंग्वेजेस सीखनिया स्टार्ट कीतिया। ते सब तो पहले मैं कोरियन सीखी सी ते मैनू कोरियन सीखने च इंट्रस्ट इस कारण आया क्योंकि मैं कोरियन म्यूजिक सुनती सी ते मेरे कुछ कोरियन दोस्त भी हैगे सी उन्होंने गलबात करन वास्ते मैं कोरियन सीखी। ते फिर कोरियन सीखने तो बाद मैनू फिर फ्रेंच च इंट्रस्ट लग गया ते मैं फ्रेंच भी सीखी। उस तो बाद फिर लैंग्वेज सीखते सीखते मेरा इंट्रस्ट एक पैशन बन गया ते ओ मैं पैशन नू हुण अजे भी रिज्यूम करनी हाँ जिदा बाकी लैंग्वेज सीखने वास्ते। जिदा मैनू चार लैंग्वेज मेरे को सर्टिफिकेट्स है ते बाकी सात लैंग्वेजेस मैं बोल सकती हाँ। ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣ ਨੂੰ ਤੇ ਇੱਕ ਲੋਕਡਾਊਨ ਵਿੱਚ ਕਿਹੜੀ ਲੈਂਗੁਏਜ ਸਿੱਖੀ ਸੀਗੀ? ਪਹਿਲੀ ਕੋਰੀਅਨ ਸਿੱਖਣ ਨੂੰ ਮੈਨੂੰ 4-5 ਮਹੀਨੇ ਲੱਗ ਗਏ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲਾਉਂਦੀ ਸੀ। ਅਤੇ ਲੋਕਡਾਊਨ ਦੇ ਵਿੱਚ ਮੈਂ ਦੋ ਹੀ ਲੈਂਗੁਏਜ ਸਿੱਖ ਪਾਈ ਸੀ ਇੱਕ ਕੋਰੀਅਨ ਅਤੇ ਇੱਕ ਫ੍ਰੈਂਚ। ਉਸ ਤੋਂ ਬਾਅਦ ਕਿਹੜੀ ਕਿਹੜੀ ਭਾਸ਼ਾਵਾਂ ਸਿੱਖੀਆਂ? ਉਸ ਤੋਂ ਬਾਅਦ ਮੈਂ ਜੈਪਨੀਜ਼ ਸਿੱਖੀ, ਜਰਮਨ ਸਿੱਖੀ, ਸਪੈਨਿਸ਼ ਸਿੱਖੀ, ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ। ਜੇ ਹਿੰਦੀ ਪੰਜਾਬੀ ਨੂੰ ਮਿਲਾ ਕੇ ਕੁੱਲ ਭਾਸ਼ਾਵਾਂ ਦੀ ਗੱਲ ਕੀਤੀ ਜਾਵੇ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਹੈਗਾ? ਮੈਨੂੰ 10 ਭਾਸ਼ਾਵਾਂ ਦਾ ਗਿਆਨ ਹੈਗਾ ਜੇ ਉਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨੂੰ ਐਡ ਕਰੀਏ। ਕੋਰੀਆ ਵਿੱਚ ਜਿਹੜਾ ਤੁਹਾਡਾ ਟੈਸਟ ਹੋਇਆ ਸੀ ਕਿੱਥੇ ਹੋਇਆ ਸੀ ਅਤੇ ਕੌਣ ਕੌਣ ਆਇਆ ਸੀ? ਕਿੰਨੇ ਕਿੰਨੇ ਸਪਾਰਟੀ ਸੀ? ਜਿਹੜਾ ਮੇਰਾ ਕੋਰੀਆ 'ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੋਇਆ ਸੀ ਅਤੇ ਦਿੱਲੀ 'ਚ ਉਹਦੇ 750 ਸੀਟ ਸੀ ਅਤੇ ਪੂਰੇ ਇੰਡੀਆ 'ਚ ਸਿਰਫ 1000 ਸੀਟ ਸੀ। ਪੰਜਾਬ 'ਚ ਪਾਰਟੀਸਪੇਟ ਤੁਸੀਂ ਕਿੱਦਾਂ ਕਰਦੇ? ਹਾਂਜੀ ਗੁਰਦਾਸਪੁਰ 'ਚ ਤਾਂ ਮੈਂ ਇਹੀ ਜੇ ਅਤੇ ਉੱਥੇ ਬਾਕੀ ਸਟੇਟਸ ਦੇ ਵੀ ਲੋਕ ਆਏ ਜਿੱਦਾਂ ਉੱਤਰਾਖੰਡ, ਉੱਤਰ ਪ੍ਰਦੇਸ਼, ਬਾਕੀ ਸਟੇਟਸ ਜਿਹੜੀ ਦਿੱਲੀ ਦੇ ਨਾਲ ਲੱਗਦੀ ਆ ਅਤੇ ਫੋਰ ਜੇ ਆਪਾਂ ਗੈਸ ਕਰੀਏ ਤਾਂ ਪੰਜਾਬ 'ਚ ਸਿਰਫ ਮੈਂ ਹੀ ਸੀ। ਕਿਹੜੀ ਕਲਾਸ 'ਚ ਪੜ੍ਹਦੇ ਤੇ ਕਿੱਥੇ ਸਟੱਡੀ ਕਰ ਰਹੇ ਹੋ? ਮੈਂ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਹਾਂ ਅਤੇ ਮੈਂ 10th ਕਲਾਸ 'ਚ ਹਾਂ ਜੀ। ਗੋਲ ਕੀ ਹੈਗਾ ਆਪਣਾ? ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਅਤੇ ਮੈਂ ਇੱਕ ਐਮਬੈਸੀ 'ਚ ਟਰਾਂਸਲੇਟਰ ਲੱਗਣਾ। ਕੀ ਕਾਰਨ ਮੰਨਦੇ ਹੋ, ਕਿਉਂ? ਕਿਉਂਕਿ ਪਹਿਲੇ ਸਿਰਫ ਇੰਟਰਸਟ ਹੀ ਅਤੇ ਇੰਟਰਸਟ ਐਜ਼ ਆ ਹੋਬੀ ਸੀ ਕਿ ਹੋਬੀ ਹੈ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ, ਪਰ ਸਿੱਖਦੇ ਸਿੱਖਦੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ 'ਚ ਮੈਂ ਵਧੀਆ, ਇਹ ਚੀਜ਼ 'ਚ ਮੈਂ ਕਰ ਸਕਦੀ ਹਾਂ ਅਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਟਰਾਂਸਲੇਟਰ ਬਣ ਗਿਆ। ਗੋਲ ਨੂੰ ਅਚੀਵ ਕਰਨ ਵਾਸਤੇ ਕਿਸ ਤਰ੍ਹਾਂ ਤਿਆਰੀ ਚੱਲ ਰਹੀ ਹੋ? ਮੇਰੀ ਤਿਆਰੀ ਇਹ ਚੱਲ ਰਹੀ ਹੈ ਜਿੱਦਾਂ ਹੁਣ ਮੈਨੂੰ ਔਨਲਾਈਨ ਕੋਰਸਿਸ ਕਰਨੀ ਪਈ ਆ, ਲੈਕਚਰਸ ਲੈਣੀ ਪਈ ਆ, ਸਰਟੀਫਿਕੇਟਸ ਮਿਲਦੇ ਪਏ ਆ ਅਤੇ ਅੱਗੇ ਹੁਣ ਮੈਂ ਜਿੱਦਾਂ ਕਾਲਜ 'ਚ ਜਾ ਕੇ ਉਹਨਾਂ ਦੀ ਡਿਗਰੀਜ਼ ਕਰਾਂਗੀ ਅਤੇ ਇਹੀ ਮੇਰਾ ਅਜੇ ਪਲੈਨ ਹੈ। ਘਰਦਿਆਂ ਦੀ ਬਹੁਤ ਸਪੋਰਟ ਹੈ, ਜਿੱਦਾਂ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ, ਉਹ ਮੇਰੇ ਇਹਨਾਂ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ, ਮੇਰੇ ਪੈਸ਼ਨ 'ਚ ਸਪੋਰਟ ਕਰਦੇ, ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ, ਤੂੰ ਉਹ ਵਾਲੀ ਲੈਂਗੁਏਜਸ ਨਹੀਂ ਕਰਨੀ, ਉਹ ਹਰੇਕ 'ਚ ਸਪੋਰਟ ਕਰਦੇ ਨੇ ਅਤੇ ਉਹਨਾਂ ਦੇ ਸਿਰ 'ਤੇ ਹੀ ਇਹ ਸਾਰਾ ਕੁਛ ਹੁੰਦਾ ਪਿਆ। ਉਹਨਾਂ ਨੂੰ ਤਾਂ ਅਜੇ ਮਤਲਬ ਸਮਝ ਨਹੀਂ ਆਉਂਦੀ ਮੈਂ ਕੀ ਕੀ ਬੋਲਦੀ ਹਾਂ, ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ, ਮਜ਼ਾਕ ਵਗੈਰਾ ਜ਼ਰੂਰ ਕੀਤਾ।